ਸਾਡਾ ਅੱਜ ਦਾ ਜਿਹੜੀ ਪ੍ਰੈਸ ਕਾਨਫਰੰਸ ਕਰਨ ਦਾ ਮੇਨ ਮੰਤਵ ਇਹ ਸੀ ਕਿ ਸਾਡੇ ਮਾਨਯੋਗ SSP ਸਾਹਿਬ ਸ਼੍ਰੀ ਕਮਲਪ੍ਰੀਤ ਸਿੰਘ ਜੀ ਖੱਕ ਵੱਲੋਂ ਮਾੜੇ ਅੰਸਰਾਂ ਵੱਲੋਂ ਜਿਹੜੀ ਆ ਨਸ਼ੇ ਅਤੇ ਚੋਰਾਂ ਦੇ ਬਰਖਿਲਾਫ ਜਿਹੜੀ ਸੀ ਇਹ ਮੁਹਿੰਮ ਚਲਾਈ ਗਈ ਸੀ, ਜਿਸ ਦੇ ਤਹਿਤ ਅਸੀਂ 2 ਚੋਰ ਪਿੰਡ ਲਾਠੀਆਂ ਵਾਲੇ ਦੇ ਗ੍ਰਿਫਤਾਰ ਕੀਤੇ ਹੈਗੇ ਨੇ। ਇਹਦੇ 'ਚ ਸਾਡੇ ਮੇਜਰ ਪ੍ਰੋਬਲਮ ਆਉਂਦੀ ਸੀ ਵੀ ਸਾਡੇ ਧਾਰਮਿਕ ਸਿਟੀ ਹੈਗੀ ਆ ਅਤੇ ਗੁਰਦੁਆਰਾ ਬੇਰ ਸਾਹਿਬ ਤੋਂ ਜਿਹੜੇ ਸ਼ਰਧਾਲੂ ਮੱਥਾ ਟੇਕਣ ਆਉਂਦੇ ਸਨ ਜਾਂ ਗੁਰਦੁਆਰਾ ਸ਼੍ਰੀ ਹੱਟ ਸਾਹਿਬ ਤੋਂ, ਇੱਥੋਂ ਕੁਝ ਮੋਟਰਸਾਈਕਲ ਪਿਛਲੇ ਦਿਨਾਂ 'ਚ ਚੋਰੀ ਹੋਏ ਸੀ। ਉਸ ਸੰਬੰਧ ਵਿੱਚ ਅਸੀਂ ਸਾਡੀ ਜਿਹੜੀ ਸਿਟੀ ਦੀ ਪੁਲਿਸ ਪਾਰਟੀ ਪਲੱਸ SHO ਸੁਲਤਾਨਪੁਰ ਲੋਧੀ, ਅਸੀਂ ਪਿਛਲੇ 1 ਹਫ਼ਤੇ ਤੋਂ ਇਹਦੇ ਸੰਬੰਧ ਵਿੱਚ ਆਪਰੇਸ਼ਨ ਚਲਾਇਆ ਸੀ, ਜੋ ਸਾਨੂੰ ਇਸ ਸੰਬੰਧ ਵਿੱਚ ਸਫਲਤਾ ਮਿਲੀ ਹੈਗੀ ਆ। ਅਸੀਂ 14 ਮੋਟਰਸਾਈਕਲ ਬਰਾਮਦ ਕੀਤੇ ਨੇ ਚੋਰੀਸ਼ੁਦਾ, ਅਤੇ 2 ਜਿਹੜੇ ਦੋਸ਼ੀ ਸਨ ਉਹ ਰੰਗੇ ਹੱਥੀਂ ਗ੍ਰਿਫਤਾਰ ਕੀਤੇ ਨੇ। ਇਸ ਤੋਂ ਇਲਾਵਾ ਇਹਨਾਂ ਦੀ ਅਸੀਂ ਪੁਲਿਸ ਰਿਮਾਂਡ ਲੈ ਰਹੇ ਹਾਂ, ਇਹਨਾਂ ਨੂੰ ਕੱਲ੍ਹ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਸ ਤੋਂ ਬਾਅਦ ਇਹ ਕਲੀਅਰ ਕੀਤਾ ਜਾਵੇਗਾ ਵੀ ਹੋਰ ਮੋਟਰਸਾਈਕਲ ਚੋਰੀ ਦੇ ਜਾਂ ਇਹਨਾਂ ਨਾਲ ਹੋਰ ਕੋਈ ਜਿਹੜੇ ਸ਼ੱਕੀ ਐਕਸਿਊਜ਼ ਚੋਰ ਹੈਗੇ ਆ ਮਿਲਦੇ ਕਿ ਨਹੀਂ। ਹਾਂਜੀ, ਇਹਨਾਂ ਦੇ ਬਰਖਿਲਾਫ ਜਿਹੜੇ ਆ ਆਉਣ ਦਾ ਰਿਕਾਰਡ 3-3 ਮੁਕੱਦਮੇ ਦਰਜ ਨੇ ਜੀ। ਦੋਸ਼ੀਆਂ ਦੇ ਨਾਮ, ਇਹ ਇੱਕ ਲੱਭੂ ਹੈ ਦੋਸ਼ੀ ਹੈਗਾ ਅਤੇ ਇੱਕ ਸਰਬਜੀਤ ਹੈਗਾ, ਇਹ ਦੋਨੋਂ ਦੋਸ਼ੀ ਜਿਹੜੇ ਨੇ ਪਿੰਡ ਲਾਠੀਆਂ ਵਾਲ ਦੇ ਹੈਗੇ ਨੇ ਜੀ। ਇਹਨਾਂ 'ਤੇ ਚੋਰੀ ਦੇ ਵੀ ਮੁਕੱਦਮੇ ਦਰਜ ਨੇ ਅਤੇ ਕੁਝ ਨਸ਼ੇ ਨਾਲ ਸੰਬੰਧਿਤ ਮੁਕੱਦਮੇ ਵੀ ਦਰਜ ਹੈਗੇ ਨੇ। ਜਿਹੜੇ ਵਾਹਨ ਚੋਰੀ ਕਰਦੇ ਸਰ, ਇਹ ਵਾਹਨ ਜਿਹੜੇ ਜਿੰਨੇ ਵੀ ਕਰਦੇ ਨੇ ਚੋਰੀ, ਉਹਨਾਂ ਨੂੰ ਵੇਚਣ ਦੇ ਪਰਪਜ਼ ਨਾਲ ਹੀ ਕਰਦੇ ਸੀ। ਅੱਜ ਵੀ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹ ਜਿਹੜੇ 2 ਵਾਹਨ ਸੀ ਉਹ ਚੋਰੀ ਕਰਕੇ ਅੱਗੇ ਲਿਜਾ ਕੇ ਅਤੇ ਵੇਚਣਾ ਚਾਹੁੰਦੇ ਸਨ। ਗ੍ਰਿਫਤਾਰੀ ਕਿੱਥੋਂ ਹੋਈ ਸਰ ਇਹਨਾਂ ਦੀ? ਗ੍ਰਿਫਤਾਰੀ ਇਹਨਾਂ ਦੀ ਜਿਹੜੀ ਲਹਿਆਂਵਾਲਾ ਇੱਥੇ ਨਾਲ ਹੀ ਸਾਡੇ ਜਿਹੜਾ ਸੁਲਤਾਨਪੁਰ ਕਪੂਰਥਲਾ ਰੋਡ ਦੇ ਉੱਪਰੋਂ ਹੀ ਚੋਰੀ ਹੋਈ ਹੈ, ਇਹ ਉੱਥੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਮੋਟਰਸਾਈਕਲ ਜਿਹੜੇ ਆ ਜੀ ਉਹ ਚੱਲ ਰਹੀ ਵਾਲਾ ਇੱਥੇ ਲਾਗੇ ਹੈ।